ਝਾਰਖੰਡ ਦੀ ਸਾਬਕਾ ਰਾਜਪਾਲ ਤੇ ਆਦਿਵਾਸੀ ਨੇਤਾ ਦ੍ਰੌਪਦੀ ਮੁਰਮੂ। ਇਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਨੇ ਰਾਸ਼ਟਰਪਤੀ ਅਹੁਦੇ ਦੇ ਲਈ ਆਪਣਾ ਉਮੀਦਵਾਰ ਬਣਾਇਆ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਨੇ ਇਸ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦ੍ਰੌਪਦੀ ਮੁਰਮੂ ਦੇ ਬਾਰੇ ਲਿਖਿਆ, ਦ੍ਰੌਪਦੀ ਮੁਰਮੂ ਨੇ ਆਪਣਾ ਜੀਵਨ ਸਮਾਜ ਸੇਵਾ ਤੇ ਗਰੀਬਾਂ, ਦਬੇ ਕੁਚਲਿਆਂ ਅਤੇ ਹਾਸ਼ੀ ਉੱਤੇ ਰਹਿਣ ਵਾਲੇ ਲੋਕਾਂ ਨੂੰ ਸਮਰਪਿਤ ਕੀਤਾ ਹੈ। ਆਓ ਜਾਣੀਏ ਕਿ ਦ੍ਰੌਪਦੀ ਮੁਰਮੂ ਕੌਣ ਹਨ। ਦ੍ਰੌਪਦੀ ਮੁਰਮੂ ਓਡੀਸ਼ਾ ਦੀ ਮਯੂਰਭੰਜ ਜ਼ਿਲ੍ਹੇ ਤੋਂ ਨੇ ਅਤੇ ਸੰਥਾਲ ਆਦਿਵਾਸੀ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਨੇ। 1979 ਦੇ ਵਿੱਚ ਉਹਨਾਂ ਨੇ ਭੁਵਨੇਸ਼ਵਰ ਦੇ ਰਮਾ ਦੇਵੀ ਕਾਲਜ ਤੋਂ BA ਪਾਸ ਕੀਤੀ। ਆਪਣਾ ਪੇਸ਼ੇਵਰ ਜੀਵਨ ਉਹਨਾਂ ਨੇ ਸਿੰਜਾਈ ਅਤੇ ਊਰਜਾ ਵਿਭਾਗ ਦੇ ਵਿੱਚ ਕਲਰਕ ਵਜੋਂ ਸ਼ੁਰੂ ਕੀਤਾ। ਸਾਲ 1997 ਦੇ ਵਿੱਚ ਕੌਂਸਲਰ ਦੀ ਚੋਣ ਜਿੱਤ ਕੇ ਉਹ ਓਡੀਸ਼ਾ ਦੇ ਵਿੱਚ ਰਾਏਰੰਗਪੁਰ ਦੇ ਉਪ ਸਰਪੰਚ ਬਣੇ। ਇਸੇ ਸਾਲ ਉਹਨਾਂ ਨੂੰ ਭਾਜਪਾ ਦੇ ST ਮੋਰਚਾ ਦਾ ਸੂਬਾ ਪ੍ਰਧਾਨ ਚੁਣਿਆ ਗਿਆ। ਉਹ ਮਯੂਰਭੰਜ ਤੇ ਰਾਏਰੰਗਪੁਰ ਤੋਂ ਭਾਜਪਾ ਦੀ ਟਿਕਟ ਉੱਤੇ 2 ਵਾਰ ਵਿਧਾਇਕ ਬਣੇ ਸਨ। ਉਹ 2000 ਤੋਂ 2004 ਤੱਕ ਨਵੀਨ ਪਟਨਾਇਕ ਦੇ ਮੰਤਰੀ ਮੰਡਲ ਵਿੱਚ ਵੀ ਰਹੇ। ਦ੍ਰੌਪਦੀ ਮੁਰਮੂ 2015 ਤੋਂ 2021 ਤੱਕ ਝਾਰਖੰਡ ਦੀ ਪਹਿਲੀ ਮਹਿਲਾ ਰਾਜਪਾਲ ਬਣੇ, ਉਹ ਵੀ ਆਦਿਵਾਸੀ ਭਾਈਚਾਰੇ ਤੋਂ। ਪਰ ਕੀ ਖਾਸ ਹੈ ਦ੍ਰੌਪਦੀ ਮੁਰਮੂ ਦੇ ਵਿੱਚ ਕਿ ਐਨਡੀਏ ਨੇ ਉਹਨਾਂ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ? 21 ਜੂਨ ਦੀ ਦੇਰ ਸ਼ਾਮ ਜਦੋਂ BJP ਨੇ ਰਾਸ਼ਟਰਪਤੀ ਚੋਣਾਂ ਦੇ ਲਈ ਐਨਡੀਏ ਦੇ ਉਮੀਦਵਾਰ ਵਜੋਂ ਦ੍ਰੌਪਦੀ ਮੁਰਮੂ ਦੇ ਨਾਮ ਦਾ ਐਲਾਨ ਕੀਤਾ ਤਾਂ ਉਹ ਨਵੀਂ ਦਿੱਲੀ ਤੋਂ ਲਗਭਗ 1600 ਕਿਲੋਮੀਟਰ ਰਾਏਗੰਜ ਦੇ ਵਿੱਚ ਆਪਣੇ ਘਰ 'ਚ ਸਨ। ਆਪਣੀ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਉਹਨਾਂ ਨੇ ਸਥਾਨਕ ਮੀਡੀਆ ਨੂੰ ਕਿਹਾ ਕਿ ਮੈਂ ਹੈਰਾਨ ਹਾਂ ਅਤੇ ਖੁਸ਼ ਵੀ, ਕਿਉਂਕਿ ਮੈਨੂੰ ਰਾਸ਼ਟਰਪਤੀ ਦੇ ਅਹੁਦੇ ਦਾ ਉਮੀਦਵਾਰ ਬਣਾਇਆ ਗਿਆ। ਉਹਨਾਂ ਕਿਹਾ ਕਿ ਮੈਨੂੰ ਤਾਂ ਟੈਲੀਵਿਜ਼ਨ ਦੇ ਕੇ ਇਸ ਬਾਰੇ ਪਤਾ ਲੱਗਿਆ। ਹਾਲਾਂਕਿ ਸਿਆਸੀ ਗਲਿਆਰਿਆਂ ਅਤੇ ਮੀਡੀਆ ਦੇ ਵਿੱਚ ਤੇ ਉਹਨਾਂ ਦੇ ਨਾਮ ਦੀਆਂ ਚਰਚਾਵਾਂ ਕਈ ਦਿਨਾਂ ਤੋਂ ਚੱਲ ਰਹੀਆਂ ਸਨ। ਸਾਲ 2017 ਦੇ ਵਿੱਚ ਹੋਏ ਰਾਸ਼ਟਰਪਤੀ ਚੋਣਾਂ ਦੇ ਲਈ ਵੀ ਉਹਨਾਂ ਦੇ ਨਾਮ ਦੀ ਚਰਚਾ ਹੋਈ ਸੀ, ਪਰ ਆਖਰੀ ਸਮੇਂ ਉੱਪਰ BJP ਨੇ ਉਸ ਸਮੇਂ ਬਿਹਾਰ ਦੇ ਰਾਜਪਾਲ ਰਹੇ ਰਾਮਨਾਥ ਕੋਵਿੰਦ ਨੂੰ ਉਮੀਦਵਾਰ ਐਲਾਨ ਦਿੱਤਾ। ਉਹ ਚੋਣ ਜਿੱਤੇ ਵੀ ਅਤੇ ਬਤੌਰ ਰਾਸ਼ਟਰਪਤੀ ਉਹਨਾਂ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ। ਸਾਲ 2009 ਦੇ ਵਿੱਚ ਜਦੋਂ ਦੂਜੀ ਵਾਰ ਵਿਧਾਇਕ ਬਣੇ ਤਾਂ ਉਹਨਾਂ ਕੋਲ ਗੱਡੀ ਵੀ ਨਹੀਂ ਸੀ। ਉਹਨਾਂ ਦੀ ਕੁੱਲ ਜਮ੍ਹਾਂ ਪੂੰਜੀ ਉਸ ਸਮੇਂ ਸਿਰਫ 9 ਲੱਖ ਅਤੇ ਦੇਣਦਾਰੀਆਂ 4 ਲੱਖ ਦੀਆਂ ਸਨ। ਉਹਨਾਂ ਦੇ ਚੋਣ ਹਲਫਿਆਂ ਬਿਆਨ ਦੇ ਮੁਤਾਬਕ ਉਹਨਾਂ ਦੇ ਪਤੀ ਸ਼ਿਆਮ ਚਰਨ ਮੁਰਮੂ ਦੇ ਨਾਮ ਇੱਕ ਬਜਾਜ ਚੇਤਕ ਸਕੂਟਰ ਅਤੇ ਇੱਕ ਸਕਾਰਪੀਓ ਗੱਡੀ ਸੀ। ਇਸ ਤੋਂ ਪਹਿਲਾਂ ਉਹ 4 ਸਾਲ ਤੱਕ ਮੰਤਰੀ ਰਹਿ ਚੁੱਕੇ ਸਨ। ਉਹਨਾਂ ਨੂੰ ਓਡੀਸ਼ਾ ਦੇ ਵਿੱਚ ਸਰਬ ਉੱਚ ਵਿਧਾਇਕਾਂ ਨੂੰ ਮਿਲਣ ਵਾਲਾ ਨੀਲਕੰਠ ਪੁਰਸਕਾਰ ਵੀ ਮਿਲ ਚੁੱਕਿਆ। ਸਾਲ 2015 ਦੇ ਵਿੱਚ ਜਦੋਂ ਉਹਨਾਂ ਨੂੰ ਪਹਿਲੀ ਵਾਰ ਰਾਜਪਾਲ ਬਣਾਇਆ ਗਿਆ, ਉਸ ਤੋਂ ਐਨ ਪਹਿਲਾਂ ਤੱਕ ਉਹ ਭਾਜਪਾ ਦੇ ਮਯੂਰਭੰਜ ਜ਼ਿਲ੍ਹੇ ਦੇ ਪ੍ਰਧਾਨ ਵੀ ਸਨ। ਉਹ ਉੱਥੋਂ ਦੇ ਲੋਕਾਂ ਦੇ ਵਿੱਚ ਕਾਫੀ ਪਸੰਦ ਕੀਤੇ ਗਏ ਸਨ ਅਤੇ ਸੱਤਾ ਅਤੇ ਵਿਰੋਧੀ ਦੋਵਾਂ ਧਿਰਾਂ ਦੇ ਵਿੱਚ ਉਹਨਾਂ ਦਾ ਰਸੂਖ ਸੀ। ਉਹਨਾਂ ਨੇ ਇਸ ਦੌਰਾਨ ਲਏ ਗਏ ਆਪਣੇ ਕੁਝ ਫੈਸਲਿਆਂ ਦੇ ਨਾਲ ਭਾਜਪਾ ਗੱਠਜੋੜ ਦੀ ਪਹਿਲੀ ਰਘੁਬਰ ਦਾਸ ਸਰਕਾਰ ਅਤੇ ਝਾਰਖੰਡ ਮੁਕਤੀ ਮੋਰਚਾ ਗਠਬੰਧਨ ਦੀ ਮੌਜੂਦਾ ਹੇਮੰਤ ਸੋਰੇਨ ਦੀਆਂ ਸਰਕਾਰਾਂ ਨੂੰ ਆਪਣੇ ਕੁਝ ਫੈਸਲਿਆਂ ਉੱਪਰ ਮੁੜ ਤੋਂ ਵਿਚਾਰ ਕਰਨ ਦੀ ਨਸੀਹਤ ਦਿੱਤੀ ਸੀ। ਅਜਿਹੇ ਕੁਝ ਬਿੱਲ ਉਹਨਾਂ ਨੇ ਬਿਨਾਂ ਕਿਸੇ ਬਹਾਨੇ ਦੇ ਵਾਪਸ ਮੋੜ ਦਿੱਤੇ ਸਨ। ਪਰ ਉਹਨਾਂ ਦੀ ਜ਼ਿੰਦਗੀ ਸੰਘਰਸ਼ਾਂ ਦੇ ਨਾਲ ਭਰੀ ਰਹੀ। ਉਹ ਭਾਰਤ ਦੀ ਆਜ਼ਾਦੀ ਤੋਂ ਲਗਭਗ 11 ਸਾਲ ਬਾਅਦ ਮਯੂਰਭੰਜ ਜ਼ਿਲ੍ਹੇ ਦੇ ਪਿੰਡ ਬੇਦਾਪੋਸੀ ਦੇ ਵਿੱਚ 20 ਜੂਨ 1958 ਨੂੰ ਬਿਰਾਂਚੀ ਨਾਰਾਇਣ ਟੁੱਡੂ ਦੇ ਘਰ ਪੈਦਾ ਹੋਏ। ਉਹ ਸੰਥਾਲ ਆਦਿਵਾਸੀ ਹਨ ਅਤੇ ਉਹਨਾਂ ਦੇ ਪਿਤਾ ਉਸ ਪੰਚਾਇਤ ਦੇ ਮੁਖੀ ਰਹੇ ਹਨ। ਉਹਨਾਂ ਦੀ ਨਿੱਜੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਗੱਲਾਂ ਜਨਤਕ ਨਹੀਂ ਹਨ। ਉਹਨਾਂ ਦਾ ਵਿਆਹ ਸ਼ਿਆਮ ਚਰਨ ਮੁਰਮੂ ਦੇ ਨਾਲ ਹੋਇਆ ਸੀ, ਪਰ ਛੋਟੀ ਉਮਰ ਵਿੱਚ ਹੀ ਉਹਨਾਂ ਦੇ ਪਤੀ ਦੀ ਮੌਤ ਹੋ ਗਈ। ਉਹਨਾਂ ਦੇ 3 ਬੱਚੇ ਸਨ, ਪਰ ਇਹਨਾਂ ਦੋਹਾਂ ਪੁੱਤਰਾਂ ਦੀ ਵੀ ਬੇਵਕਤੀ ਮੌਤ ਹੋ ਗਈ।
ਉਸ ਦੇ ਇੱਕ ਪੁੱਤਰ ਲਕਸ਼ਮਣ ਮੁਰਮੂ ਦੀ ਅਕਤੂਬਰ 2009 ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਸੀ। ਉਦੋਂ ਉਹ ਸਿਰਫ 25 ਸਾਲਾਂ ਦਾ ਸੀ। ਦ੍ਰੌਪਦੀ ਮੁਰਮੂ ਦੀ ਇਕਲੌਤੀ ਜੀਵਿਤ ਸੰਤਾਨ ਧੀ ਹੈ ਇਤ੍ਰਿਸ਼ੀ ਮੁਰਮੂ, ਜੋ ਕਿ ਰਾਂਚੀ ਦੇ ਵਿੱਚ ਰਹਿੰਦੀ ਹੈ। ਇਸ ਤੋਂ ਇਲਾਵਾ ਉਹਨਾਂ ਦੇ ਪਰਿਵਾਰਕ ਜੀਵਨ ਬਾਰੇ ਲੋਕਾਂ ਨੂੰ ਕੁਝ ਖਾਸ ਜਾਣਕਾਰੀ ਨਹੀਂ ਹੈ।